सबसे पहले देखेंगे हम गुड़िया के पप्पा क्या कर रहे हैं। चल कोई नहीं, मैं पहला पढ़ूंगा। कोई गल नहीं, सारे लोग खोलने होंगे मेनु सारे। हैप्पी बर्थडे मुंडे ने मासड़ क्या नहीं साले मासड़ क्या सड़ गया था साले हाजी साली या मम्मा साले हरा हुई अच्छा मुंडे लो क्या वाटी गॉड ब्लेस यू गॉड ब्लेस यू वाह सारे जड़ कर दो हैप्पी बर्थडे टू यू कितने केक सेगा केक ले आओ पा बधाई ले आए हम डेरी हैप्पी बर्थडे दीदी को शाम दे हैप्पी बर्थडे थैंक यू मम्मी जी बहुत दसो थारे कि ठीक हो ओलो ओनु आगे ला मम्मी वाले नु ओ सुता जांदा मम्मी वाले सुता है जे ते जीजा जी ओ कपड़े दम ये आप सारे जी कमा ते कमाईया ते बैठे आ हैं चलो चलो काम करो चल कर भैन ਇਸ ਘਰ ਲੋ ਤੁਸੀਂ ਵੀ ਆ ਜੋ ਸਾਡਾ ਤੇ ਘਰ ਵਾ ਕੰਮ ਤੇ ਸਾਨੂੰ ਕਰਨਾ ਪੈਣਾ ਮੈਂ ਕਰੂੰ ਵਧੀਆ ਤਰੀਕੇ ਨਾਲ ਕਿ ਦੱਸ ਅੰਨਾ ਮੈਂ ਵਧੀਆ ਤਰੀਕੇ ਨਾਲ ਚਲੋ ਚਲੋ ਕਰ ਲੈ ਕਰ ਲੈ ਫਰਜ਼ੀ ਤਰਾਉ ਮੇਰੇ ਭਰਾ ਨਾਲ ਕੰਮ ਚਲਾਕ ਵੇਗਾ ਕਿੱਡੇ ਆ ਵਿਚਾਰਾ ਮੇਰਾ ਭਰਾ ਗਿੱਲਾ ਹੈ ਭਰਾ ਥੱਕ ਨਹੀਂ ਚੱਲਿਆ ਤੇਰਾ ਕਿਤੇ ਆਹੋ ਕਿਤੇ ਨਹੀਂ ਥੱਕ ਚੱਲਿਆ ਤੇਰਾ ਭਰਾ ਪਰ ਹਾਰਾ ਦੀ ਵੀ ਮੇਰੀ ਵੀ ਘੜੀ ਖੜਕ ਜਾਈ ਬਚ ਗਈ ਅੱਗੇ ਖੜਕ ਚੱਲੀ ਖੜਕ ਚੱਲੀ ਸੀ ਮੈਂ ਪ੍ਰੋਗਰਾਮ ਆ ਰਿਹਾ ਬਸ ਤੇਰੇ ਤੂੰ ਫੈਂਟਣਾ ਬੜਾ ਹੈ ਤੈਨੂੰ ਮੈਂ ਚਾਹ ਵੀ ਜਾਣ ਸੀ ਕੁਛ ਬਚਾ ਹੱਥ ਜਾ तेरे मम्मी डैडी कहिंदे जाओ ਆਪੇ ਦੇ ਉਹ ਇਹਦਾ ਸਾਡਾ ਟਾਚੀ ਵੀ ਬਾਹਰ ਕੱਢਤਾ ਨਹੀਂ ਹਾਂ ਕੀ ਕਰਨ ਦਿਆਂ ਤੂੰ ਤੂੰ ਹੀ ਕਰ ਲਾ ਕੋਈ ਕੰਮ ਇੱਧਰ ਗੁਰਮੇਰ ਨੂੰ ਢੱਕਤਾ ਸੌਂਗੀ ਕਰ ਲੱਗਦਾ ਨਾ ਤੇਰਾ ਟੈਚੀ ਆ ਗਿਆ ਤੇ ਤੂੰ ਓਏ ਟੈਚੀ ਲੈ ਗਿਆ ਵੀ ਟੈਚੀ ਲੈ ਗਏ ਮੇਰੀ ਤਾਂ ਗੱਲ ਹੀ ਨਹੀਂ ਸੁਣਦੇ ਮੈਂ ਤੇ ਉਹ ਹੀ ਕਹਿਣੀਆਂ ਇੱਕ ਸਟੋਰ ਦਾ ਲੱਗਾ ਕੀਤਾ ਨਾ ਜਦੋਂ ਮੈਂ ਆਉਣਾ ਉਦੋਂ ਵੀ ਇਦਾਂ ਪ੍ਰੋਗਰਾਮ ਹੋਣਾ ਚਾਹੀਦਾ ਆ ਪੱਕੇ ਆ ਗਏ ਆਪਾਂ ਇੱਥੇ ਉਹ ਤਾਂ ਤੂੰ ਆਪਣੇ ਮੁੰਡੇ ਦਾ ਕਰੀ ਇਸ ਟੋਰ ਮਕਾ ਦੇ ਦੇ ਹੁਣ ਯਾ ਹੋ ਯਾਰ ਕੱਲਾ ਤੁਸੀਂ ਡੀਡੀ ਭਾਈ ਜੁੱਪ ਕੇ ਖਾਂਦੇ ਆ ਆਹਾਂ ਹੈਲਪ ਕਰਾਵਾਂ ਚੱਲ ਕੋਈ ਨਹੀਂ ਚੜੀ ਗਿਆ ਮੁੰਡਾ ਹਾਏ ਵੀ ਕਿਦਾਂ ਇਦਾਂ ਨਹੀਂ ਕਰਦੇ ਜਿਹੜਾ ਤੁਸੀਂ ਨੰਬਰ 1 ਚੀਟਰ ਜੇ ਹੋਰ ਕਿਦਾਂ ਕਰਨਾ ਚਾਹੀਦਾ ਤੁਹਾਨੂੰ ਮੇਰੀ ਗੱਲ ਨਹੀਂ ਆ ਦੱਸੋ ਸਟੋਰ ਦਾ ਖਲਾਰਾ ਬੜਾ ਵਾ ਸਾਂਭੀਏ ਸਾਂਭੋ ਕਰਾ ਕਿ ਕਰਾਓ ਕੁਝ ਕਰਾ ਕਰਾਉਣਾ ਕਿ ਨਹੀਂ ਕਰਾਉਣਾ ਇੱਕ ਵਾਰ ਹਾਂ ਜਾਂ ਨਾ ਕਰਾਉਣਾ ਆ ਤੇ ਫਿਰ ਕੀ ਆਪਾਂ ਪਹਿਲਾਂ ਤੈਨੂੰ ਕੈਮਰੇ ਤੋਂ ਹਟਾਓ ਸਹੀ ਗੱਲ ਆ ਇਹਨੇ ਟਾਈਮ ਨਾਲ ਮੋਰਚਾ ਸਾਂਭ ਲੈਣਾ ਕੈਮਰਾ ਫੜ ਕੇ ਤੁਹਾਡੀ ਸਾਰਿਆਂ ਦੀ ਵੀਡੀਓ ਬਣਦੀ ਮਾੜਾ ਸਗੋ ਕੀ ਸਟੋਰ ਨੂੰ ਕਬਲਾ ਜਾ ਆ ਜੀ ਤੁਹਾਡੀ ਫੋਟੋ ਲਵਾਈ ਹੈ ਵਧੀਆ ਜੀ ਕਰਾ ਕੇ ਇਹਨਾਂ ਨੇ ਬੜੀ ਫਰਮਾਇਸ਼ ਪਾਈ ਮੈਂ ਫਿਰ ਇਹਨਾਂ ਨੇ ਵੱਡੀ ਕਰਾਈ ਐਦਾਂ ਹੀ ਆ ਨਾ ਕਿੱਦਾਂ ਫਿਰ ਇੱਥੋਂ ਕਰਾਈ ਇੱਥੋਂ ਸਾਰੇ ਜਣੇ ਦੱਸੋ ਕਮੈਂਟ ਕਰਕੇ ਕਿਵੇਂ ਦੀ ਲੱਗੀ ਕੌਣ ਜ਼ਿਆਦਾ ਵਧੀਆ ਲੱਗਦਾ ਪਿਆ ਤੇ ਕੌਣ ਜ਼ਿਆਦਾ ਵਧੀਆ ਲੱਗਦਾ ਪਿਆ ਤੇ ਕੌਣ ਜ਼ਿਆਦਾ ਵਧੀਆ ਲੱਗਦਾ ਪਿਆ ਕੌਣ ਆ ਹਾਂਜੀ ਭਾਬੀ ਜੀ ਜੀ ਗੰਡੋ ਦੇ ਵੀ ਬਚ ਗਈ ਆ ਫਿਰ ਕੱਪਾਂ ਦਾ ਯਾਰ ਮੇਰੇ ਫੇਵਰੇਟ ਕੱਪ ਹੀ ਜਿਹੜੇ ਟੁੱਟ ਗਏ ਸਾਰੇ ਆ ਕੀ ਕੀਤਾ ਇੰਨਾ ਸ਼ੁਕਰ ਕਰ ਦਿਓ ਇੰਨਾ ਚਾਹ ਪੀ ਕੇ ਆਉਣ ਦਾ ਹੈ ਇੱਧਰ ਜਵਾਬ ਦੇ ਨੁਕਸਾਨ ਕਰਤਾ ਹਾਈ ਨਹੀਂ ਮੈਂ ਬਾਦਰ ਸਾਰੇ ਹੀ ਚੋ ਤੇ ਛੱਡਿਆ ਹੀ ਨਹੀਂ ਕੋਈ ਦੋ ਤੂੰ ਉਹ ਦੱਸਣਾ ਪਤਾ ਆ ਮੇਰੇ ਫੇਵਰੇਟ ਕੱਪ ਹੀ ਦੋ ਦੋ ਸੈੱਟ ਥੋੜੀ
ਕਿੰਨੇ ਟੁੱਟ ਗਏ? ਦੋ ਕੱਟ ਗਏ ਮੇਰੇ। ਕਿੰਨੇ ਟੁੱਟੇ? ਦੋ ਟੁੱਟੇ। ਤਿੰਨ ਉਹ ਟੁੱਟੇ ਹੀ ਉਹ ਤੇ ਦੋ ਆ ਟੁੱਟੇ। ਚਲੋ ਕੋਈ ਹੋ ਜਾ, ਨਵੇਂ ਲਿਆਵਾਂਗੇ ਇੱਥੇ ਬਾਨੇ। ਡਾਇਲੋਗ ਨਾਚ ਨਾ ਜਾਣੇ ਆਂਗਨ ਟੇਢਾ, ਦੱਸ ਕਿਤੇ ਕਿਤੇ ਨਾਚ ਨਾ ਜਾਣੇ ਆਂਗਨ ਟੇਢਾ। ਹਾਂ ਜੁੜ ਜਾਏਗੀ, 5 ਰੁਪਏ ਮੈਂ ਜੁੜੇਗੇ। ਬੱਲੇ ਜਵਾਨ ਦੇ ਵੇਖਦੇ ਕਿਹਦੇ ਤੇ ਜ਼ਿਆਦਾ ਜ਼ੋਰ ਆਏ ਵੀ ਕਿਦਾਂ ਲਿਆ ਤੇ ਲਈ ਚਲੋ ਇੱਥੇ ਆਪਾਂ ਰੱਖਣਾ ਆ ਜੀ ਸੁਖਮਨੀ ਸਾਹਿਬ ਕਰਵਾਉਣਾ ਅਖੰਡ ਪਾਠ। ਅਖੰਡ ਪਾਠ ਨਹੀਂ ਹੁੰਦਾ ਸੁਖਮਨੀ ਸਾਹਿਬ ਹੁੰਦਾ, ਅਖੰਡ ਪਾਠ ਹੁੰਦਾ ਕਿੰਨਾ ਦਿਨਾਂ ਵਾਲਾ, ਅਤੇ ਇਸ ਲਈ ਅਸੀਂ ਡਰਾਇੰਗ ਰੂਮ ਕਰਦੇ ਪਏ ਹਾਂ ਖਾਲੀ ਸੋਫੇ ਲਾ ਤੇ ਇੱਥੇ। ਚਲੋ ਜੀ ਦੱਸ ਦਿੱਤਾ ਹਲੀਬ ਮਿਲਕ ਮਿਲਕ ਹਲੀਬ ਤੁਸੀਂ ਮੈਨੂੰ ਕਹੋਗੇ ਮੇਰੀ ਚਾਹ ਲੈ ਕੇ ਆਓ ਤੇ ਮੈਂ ਖੁਦ ਕਿਹਾ ਕਿ ਇਹਨਾਂ ਇਬਗਾ ਹਲੀਬ ਨਾਲ ਕੁਛ ਲੈ ਕੇ ਵੀ ਨਹੀਂ ਮੈਨੂੰ ਭਾਬੀ ਨਹੀਂ ਨਾ ਅਰਬੀ ਚ ਕਿੰਨੀ ਵਧੀਆ ਬੋਲਦੇ ਹਨਾ, ਬੜੀ ਵਧੀਆ ਕੋ ਗਾਲ ਕੱਢਿਆ ਅਰਬੀ ਦੇ ਜੀ ਪ੍ਰੀਤੀ ਕੱਟ ਦੇ ਜੇ ਨਾ ਸਮਝ ਲੱਗ ਗਈ ਉਹਨਾਂ ਨੂੰ ਪਤਾ ਲੱਗਣਾ ਮਤਲਬ ਨਾ ਦੱਸੀ ਤੂੰ ਨਹੀਂ ਆਉਂਦੀ ਕੋਈ ਮੰਤਰੀ ਜੀ ਗਾਲ ਹੋਣੀ ਜਿਹੜੀ ਕੱਢਣ ਨਹੀਂ ਦੇ। ਚਲੋ ਠੀਕ ਆ ਆ ਜਾਓ ਬਹਿ ਕੇ ਗਏ ਹਮਾਰੇ ਲਈ ਚਾਹ ਦੇ ਅੱਛਾ ਪਿਆ ਯਾਰ ਲੈ ਕੇ ਦਿਆ ਕਾਹੂ ਕਾਹੂ ਬਣਾ ਕੇ ਦਿੰਨੇ ਆ ਟੇਬਲ ਰੱਖ ਕੇ ਸੋਹਣੀ ਚਾਹ ਪਿਆਵਾਂਗੇ ਸਾਰੇ ਵਿਚਾਰੇ ਮੇਰੀ ਜਾਨ ਤੇ ਥੱਕ ਹੀ ਗਈ ਹੋਣੀ ਆਹੋ ਇੱਕ ਸੋਫਾ ਚੁੱਕੀ ਆ ਮੈਂ ਜਾਨ ਨੇ ਹੋਰ ਕੋਈ ਕੰਮ ਨਹੀਂ ਕਰਾਇਆ ਨਹੀਂ ਨਾ ਕਰਾਇਆ ਆਪਾਂ ਤਾਂ ਚੁੱਕ ਇਹਨੂੰ ਚੁੱਕ ਮੈਂ ਤੁਹਾਨੂੰ ਦੱਸਣ ਤੇ ਰਹੀ ਆ ਆਹ ਵਾਲੀ ਸਾਡੀ ਜਿਹੜੀ ਆ ਰਸੋਈ ਦੇ ਬਾਹਰ ਬਾਹਰ ਲਾ ਦੋ ਟੱਡੇ ਆਹ ਸੈੱਟ ਪੂਰੇ ਦਾ ਪੂਰਾ ਇੱਥੇ ਲਾ ਦੋ ਜਿਹੜਾ ਆਊਗਾ ਮਤਲਬ ਕਿ ਭਾਬੀ ਜੀ ਦੀ ਭਰਜਾਈ ਭਾਬੀ ਜੀ ਦੀਆਂ ਭੈਣਾਂ ਖਾਣਗੀਆਂ ਬਹਿ ਕੇ ਖਾਣਗੀਆਂ ਨਹੀਂ ਸੋਰੀ ਸੋਰੀ ਪਹਿਲਾਂ ਪਾਉਣਗੀਆਂ ਫਿਰ ਬਹਿ ਕੇ ਖਾਣਗੀਆਂ ਰਾਤ ਨੂੰ ਤੂੰ ਤਾਂ ਭੰਗੜਾ ਪਾਉਣ ਡਈ ਆਂ ਇਦਾਂ ਕੌਣ ਖਾਂਦਾ ਇਦਾਂ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਿ ਕਿਦਾਂ ਕਿਦਾਂ ਨਾਲੇ ਬਹਿ ਨਹੀਂ ਗਿਆ ਨਾਲੇ ਖਾਣਗੀਆਂ ਆ ਇਦਾਂ ਕੌਣ ਖਾਂਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਾਲੇ ਬਹਿਣ ਗਿਆ ਨਾਲੇ ਖਾਣਗੀਆਂ ਐਸੇ ਕੌਣ ਖਾਤਾ ਬਾਈ ਨਹੀਂ ਤੁਸੀਂ ਬੇਦੀ ਦਾ ਕਰਾ ਮੈਨੂੰ ਚਲੋ 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 ਉਹ ਵਾਲੇ ਚੁੱਕੋ ਇਹਨਾਂ ਨੂੰ ਬਾਹਰ ਲੈ ਜਾਓ ਜੀ ਅੱਜ ਅਸੀਂ ਕਰਨ ਦੀ ਡਿਊਟੀ ਲਾਈ ਹੋਈ ਆ ਗੁਰਮੇਹਰ ਦੇ ਉੱਪਰ ਕਿ ਇਹਨੂੰ ਰੋਣ ਨਹੀਂ ਦੇਣਾ ਇਹਨੂੰ ਸਾਰਾ ਦਿਨ ਭੂਤੇ ਦੇਣੇ ਆ ਜਦੋਂ ਇਹਨੇ ਸੌਂ ਜਾਏਗੀ ਉਦੋਂ ਕਰਨ ਵੀ
ਕਰਦੀਆਂ ਜੀ ਇੱਥੇ ਅਸੀਂ ਬਾਹਰ ਕਿਉਂਕਿ ਅੰਦਰ ਸਾਡੀ ਸੈਟਿੰਗ ਨਹੀਂ ਹੋਣ ਡਈ ਸੋਫੇ ਨਹੀਂ ਹੋਣ ਡੇ ਸਾਰੇ ਇਸ ਲਈ ਕੋਈ ਭੈਣ ਭਰਾ ਇੱਥੇ ਵੀ ਬਹਿ ਕੇ ਚਾਹ ਪਾਣੀ ਪੀ ਸਕਦਾ ਹੈ ਜਦੋਂ ਬਾਬਾ ਜੀ ਚਲੇ ਜਾਣਗੇ ਫਿਰ ਇੱਥੇ ਬਹਿ ਜਾਣਗੇ ਚਲੋ ਜੀ ਹੁਣ ਚੱਕ ਲਓ ਵਾਹਿਗੁਰੂ ਦਾ ਨਾਮ ਇਹ ਚੁੱਕਣਾ ਇਕੱਲੇ ਇਕੱਲੇ ਜਾਣੇ ਨੇ ਚੁੱਕਣਾ ਬੜਾ ਔਖਾ ਨਹੀਂ 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 ਚੁੱਕੇ ਬੜਾ ਔਖਾ ਜਾਣਾ ਤੁਸੀਂ ਇਕੱਲੇ ਹੀ ਤੁਸੀਂ ਦੋਨੋਂ ਚੁੱਕੋ ਪਰ ਚੁੱਕਣਾ ਇਕੱਲੇ ਜਾਣੇ ਨੇ ਨਹੀਂ ਨਹੀਂ ਚਲੇ ਜਾ ਚੱਲ ਕਰਨ ਵੀ ਤੁਹਾਡੀ ਵਾਰੀ ਉੱਥੇ ਲੈ ਕੇ ਚੱਲੋ ਬਾਹਰ ਚੁੱਪ ਕਰ ਗਈ ਉਸੇ ਵੇਲੇ ਸਪੈਸ਼ਲ ਚਲੋ ਪ੍ਰੀਤੀ ਭਾਬੀ ਜੀ ਮੈਂ ਨਿਕਲ ਕਹਿ ਕੇ ਚਾਹ ਵੇਖ ਲੋ ਸਾਡੇ ਭਾਈਏ ਨੇ ਚਾਹ ਦੇ ਬਰਫੀ ਦੇ ਮੰਗਿਆ ਸੀਗਾ ਆਹ ਵੇਖ ਲੋ ਚਾਹ ਵੀ ਪਿਆਲਤੀ ਆ ਵੀ ਸਟੀਲ ਦੇ ਕੱਪਾਂ 'ਚ ਤੇ ਨਾਲ ਨਾਸ਼ਤਾ ਵੀ ਲਾ ਦਿੱਤੇ ਕਿਉਂਕਿ ਆਪਾਂ ਦੂਜੇ ਕੱਪ ਤੋੜ ਦਿੱਤੇ ਹੋਏ ਸਾਰੇ ਇਹਨੂੰ ਤੇ ਬਸ ਫੋਨ ਦੇ ਨਾਲ ਹੀ ਮਤਲਬ ਆ ਹਰ ਵੇਲੇ ਫੋਨ ਹੀ ਫੋਨ ਆ ਕਿਤੇ ਚਲਾ ਕੇ ਆ ਉਧਰ ਰੱਖਦਾ ਵਾ ਦੱਸੋ ਤੁਸੀਂ ਕਰੋ ਕੁਛ ਗੱਲਬਾਤ ਪਾਓ ਫਿਰ ਲੰਦਾ ਆਪਣੀ ਡੇ ਚਲੋ ਉੱਠੋ ਚਲੋ ਉੱਠੋ ਹਾਂ ਚਲੋ ਉੱਠੋ ਚਲੋ 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 ਬੈਟਰੀ ਵੀ ਲਵੋ ਚਲੋ ਉੱਠੋ ਮੇਰਾ ਭਰਾ ਜਿਆਦਾ ਡਿੱਗਣ ਡਿਆ ਬਾਹਰ ਭਰਾ ਜਿਆਦਾ ਡਿੱਗਣ ਡਿਆ ਤਾਂ ਦੱਸ ਮੈਨੂੰ ਤਰਾ ਕਿੱਥੇ ਆ ਯਾ ਅੱਛਾ ਇਹਨਾਂ ਕੋ ਫੜਾਈ ਜਾ ਕੋਈ ਮਧਰੂ ਜਿਹੜੇ ਹੈਗੇ ਆ ਮਧਰੂ ਕਿ ਨਹੀਂ ਮਧਰੂ ਤੇ ਮੈਂ ਨਹੀਂ ਮੇਰੀ ਧਿਆਨ ਨਾਲ ਲੈ ਵੀਰ ਜੀ ਨਾ ਡੇ ਜਿਹੜੀ ਮੰਜੀ ਗੱਡੀ ਤੇ ਮੇਰੇ ਭਰਾ ਦੇ ਡੋਲਿਆਂ 'ਚ ਜਾਨ ਹੈਗੀ ਤੇ ਢਾਡਿਆਂ 'ਚ ਵਿੱਕੀ ਵਿੱਕੀ ਢਾਡੇ ਡੋਲਿਆਂ 'ਚ ਜਾਨ ਹੈਗੀ ਕਿ ਨਹੀਂ ਨਹੀਂ ਮੇਰੇ ਭਰਾ ਦੇ 'ਚ ਨਹੀਂ ਕਿਉਂ ਨਹੀਂ ਉੱਤੋਂ ਫੜਨੀ ਸੌਖੀ ਆ ਥੱਲਿਓ ਤਾਂ ਟੁੱਟਣੀ ਬਹੁਤ ਔਖੀ ਆ ਚੱਲ ਧਿਆਨ ਨਾਲ ਵਿੱਕੀ ਗੱਡੀ ਨਾ ਭੰਨ ਲਿਓ ਥੋੜੀ ਭਾਰੀ ਕਿਤੇ ਭਾਰੀਆਂ ਮੰਜੀਆਂ ਤੁਹਾਡੇ ਹਿਸਾਬ ਨਾਲ ਵੀਰ ਜੀ ਦੇ ਕੰਮ ਹੌਲਾ ਲਿਆ ਕੇ ਭਾਰਾ ਨਹੀਂ ਮੰਮਾ ਲੋੜ ਹੀ ਨੀ ਪਈ ਕਿਹੜੀ ਚੇਤੇ ਆ ਗਈ ਰਿਸ਼ਤੇਦਾਰ ਸਾਰੇ ਵੇਖਣ ਡੇ ਵੇਖਣਾ ਤੇ ਹੈਗਾ ਹੀ ਉਹਨਾਂ ਨੇ ਵਲੋਗ ਤੇ ਇਸ ਲਈ ਆਪਾਂ ਵਿੱਚ ਮੈਸੇਜ ਦੇ ਦਿੰਦੇ ਆ ਕਿ ਦੇ ਕੇ ਭੈਣ ਭਰਾ ਨੂੰ ਪਕੌੜਿਆਂ ਦੀ ਸੁਸਤੀ ਪੈ ਜੇ ਨੀਂਦ ਆ ਜੇ ਇਸ ਲਈ ਮੰਜੇ ਹੀ ਉੱਤੇ ਚੜਾ ਦਿਓ ਤੇ ਖੁੱਲ ਕੇ ਸੌ ਲਿਓ ਕਿੰਨੀ ਜਾਨ ਵਿਖਾਓ ਆਪਣੇ ਡੋਲੇ ਵੱਡੀ ਹੋ ਗਿਆ ਨਾ ਡੋਲੀ ਹੋ ਗਈ ਚੱਲ ਚੱਲ ਚਲਾ ਹੁਣ ਚੱਲ ਹੁਣ ਚਲਾ ਚਲਾ ਚੱਲ ਰੋਕ ਦੇ ਚੱਲ ਫਿਰ ਚਲਾ ਫਿਰ ਚਲਾ ਉਹ ਮੱਖੀ ਡਾਲ ਮੂੰਹ ਦੋ ਚੱਲ ਚਲਾ ਚਲਾ ਝੂਟੇ ਦੇ ਨਾ ਉਹ ਸੇ ਮਿਲੇ ਮੰਗਦੀ ਹੋ
ਚਲ ਰੋਕ ਦੇ ਰੋਕ ਦੇ ਚਲ ਚਲਾ ਚਲ ਚਲਾ ਚਲ ਰੋਕ ਦੇ ਰੋਕ ਕਰਨ ਰੋਕ ਟਿੱਡਾ ਵਾਲਾ ਸ਼ੈਤਾਨ ਹੋ ਗਿਆ ਜੀ ਉਹ ਟਿੱਡਿਆ ਚਲ ਦੇ 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 ਉਡਾ ਦੇ ਇੱਧਰ ਵਿੱਕੀ ਜੀ ਆਏ ਸੀ ਸਾਡੇ ਨਾਲ ਕੰਮ ਕਰਾਉਣ ਤੇ ਆਣ ਕੇ ਦੇ ਦੂਹ ਦੂਹ ਆਪਣੀ ਐਡੀਟਿੰਗ ਤੇ ਲੱਗੇ ਪਏ ਆ ਕਦੋਂ ਲਗਾ ਇੰਸਟਾਗ੍ਰਾਮ ਹਾਂ ਐਡੀਟਿੰਗ ਕਰਦੀ ਆ ਮੇਰੀ ਇੰਸਟਾਗ੍ਰਾਮ ਆਈਡੀ ਸਾਰੇ ਜਣੇ ਫੋਲੋ ਕਰ ਲਓ ਹੋ ਹਰ ਥਾਂ ਤੇ ਪ੍ਰੋਮੋਸ਼ਨ ਹਰ ਥਾਂ ਤੇ ਪ੍ਰੋਮੋਸ਼ਨ ਚੱਲਦੀ ਆ ਕੀ ਕਰੀਏ ਚੱਲਦੀ ਆ ਬੱਲੇ ਬੱਲੇ ਤੇ ਬੰਦੇ ਦਾ ਹੁੰਦਾ ਕੰਮ ਨਾਲ ਕਿਤੇ ਕੰਮ ਕੁੰਮ ਕਰਾਉਂਦਾ ड्यूटी लाई बेचारे लो जी मंजिया का हुण मैं तुहानू विखा दिता वा ते हुण गाड़ी जाके वेने आ कि भगो की करदे पए आ की करदे पए भाभी जी दो सेट कपा जो भी तोड़ दिते हुए ने चलो कोई गल नहीं है तरीका गंढ मार के पूरी फिटिंग चलदी आ ਭੋਲੀ ਜਾਨ ਚੋਲ ਡੇ ਚੁਗਣ ਸਵੇਰ ਲਈ ਸਾਡੀ ਭੋਲੋ ਸਾਡੀ ਆਂਟੀ ਜੀ टमाटर मटर कि ਕੀ ਹੈ ਸਮਾਨ ਦੇਖਿਆ ਜਾਏ ਗੱਡੀ ਦੇ ਵਿੱਚ ਬੋਲ ਬੋਜੇ ਕੁੜੀ ਦੇ ਪਾਪਾ ਜੀ ਓਏ ਓਹੋ ਵਾਹ ਉਹ ਗੱਡੀ ਕਿੱਦਾਂ ਭਰੀ
ਲੈ ਇਹਨਾਂ ਦੀ ਦੁਕਾਨ ਪਾਉਣੇ ਨੀ ਲੱਗਦਾ ਫਰੂਟਾਂ ਦੀ ਇੱਧਰ ਕੁੜੀ ਦੇ ਜੀਜਾ ਜੀ ਨਹੀਂ ਕੁੜੀ ਦੇ ਜੀਜਾ ਨੀ ਫੁੱਫੜ ਜੀ ਹਾਏ ਹਾਏ ਵੀਰ ਚਲੋ ਪੁੱਛੀ ਜਾਏਗਾ ਕਰਾਏਗਾ ਨਹੀਂ ਹੇ ਮੈਂ ਹੇ ਮੈਂ ਕੈਨ ਆਈ ਹੈਲਪ ਯੂ ਵਿਕੀ ਅੱਜ ਕੱਲ ਇੰਗਲਿਸ਼ ਬੜੀ ਬੋਲਦੇ ਆਲੇ ਸੇ ਕਰਕੇ ਬਾਹਰ ਚੱਲ ਜਾਓ ਆਈਲੈਟਸ ਕਰਨ ਤੇ ਲੈਣੀ ਸੀ ਬਸ ਕਿੰਨੇ ਲਾ ਲਾ ਪਤ ਨਹੀਂ ਲਿਆ ਕਿਤੇ ਇੰਗਲਿਸ਼ ਦਾ ਹੈ ਰਹਿਣ ਦੇ ਭਾਰਾ ਵਾ ਵੇਖਿਆ ਮੇਰਾ ਭਰਾ ਕਿੰਨਾ ਚੰਗਾ ਜੀ ਚੰਗਾ ਤਾਂ ਮੈਂ ਬੜਾ ਵਾਂ ਮਹ ਮੇਰੀ ਬੁੱਢੀ ਦਾ ਭਰਾ ਨਹੀਂ ਕਹੇ चलो चलो जीजा जी कैन आई हेल्प यू नहीं बोलन सही भी डेया कि पुठी गलती बोली जाने हां ना माफी मालूम ना कैप कलामा हुन पता ना हुन अरवी दे आ गए पता हूं के समझ नहीं लगनी आ फट प्रीति अपनी गाड़ी च रख आप को पालक तो नहीं है की करना वा अल्लाह सन रख हां ए जाएगा आला खाला विक्की में माज हैं और की ले आ जावे की कहंदे ना आ सुन कहंदे की तेरा भरा हां आ सवा आएगा फिर जी बैठी खा रख दो मैं सेट कर लेना होती है मेरी रख दो इथे और कहंदे की तेरा भरा बहुत चंगा है पर ਤੁਹਾਡੇ ਭਰਾ ਨਹੀਂ ਚੰਗੇ ਹੈਗੇ ਮੇਰੇ ਨਾਲ ਕੰਮ ਨਹੀਂ ਕਰਾਉਣ ਦੇ ਅੱਛਾ ਮੇਰੇ ਭਰਾ ਹੁਣੇ ਹੀ ਪਰੋਣੇ ਆਏ ਆ ਨਾਲੇ ਤੇ ਹਾਏ ਵੀ ਜੀ ਕੋ ਮੇਰਾ ਜੀਜਾ ਪਰੋਣਾ ਨਹੀਂ ਆਇਆ ਮੇਰਾ ਜੀਜਾ ਵਾਧੂਗਾ ਮੇਰਾ ਜੀਜਾ ਪਰੋਣਾ ਨਹੀਂ ਆਇਆ ਮੇਰਾ ਜੀਜਾ ਵਾਧੂਗਾ ਕੱਲ ਹੈ ਨਾ ਉਹ ਥੋੜਾ ਟਾਈਮ ਹੋ ਗਿਆ ਉਹ ਹਲੇ ਹੁਣੇ ਤਾਜੇ ਲੱਗ ਰਿਹਾ ਤਾਜੇ ਇਹ ਗੱਲ ਕਹਿੰਦਾ ਨਵਾਂ 9 ਦੇਣਾ ਤੇ ਪੁਰਾਣਾ 100 ਦੇਣਾ ਆ ਆਹੋ ਆਹੋ ਵੇਖੀ ਮੇਰਾ ਭਰਾ ਵਰ ਕਿੰਨੀ ਆਦਤ ਕਰਾਉਂਦਾ ਦੇ ਲੈਂਦੇ ਆ ਕਿੰਨੀ ਆਦਤ ਕਰਾਉਂਦੇ ਆ भाभी ने भरा मुकाबला कर लिया आने लगे जो ढाडे वाले गड्डी बंद करती है शाम का टाइम होया तो संदीप के भरा आ गए हूँ काम कराने लई सारा दिन नहीं आए सारा दिन कितने ही समान लिया जे घरो सोचा चल वैसे तिने जाने चल जाने गड्डी पूरी टन हो गई मतलब भरी गई है समान दे नाल हम मैंबर अं तीन जने बहन की प्रॉब्लम पै गई अं बहिए कितने चल अपन लत्त लुत्त रख लाँगे पेटियां।